ce lo ikmun dekhiyo inche side ਇੱਧਰ ਆ ਰੋ ਜੀ ਆ ਕੇ ਇੱਧਰ ਮੈਂ ਲਾ ਦੇ ਜਾਵਾਂ ਇਹ ਉਹ ਬਰਤਨ ਹੋਏ ਬਰਾ ਸਹੀ ਉੱਪਰ ਨੂੰ ਕਰ ਲੋ ਇੱਧਰ ਜੋ ਮਾ ਕਰਦਾ ਐਂ ਤੱਕ ਮਾਰਦਾ ਤਾਂ ਬੇਦਰ ਮੈਂ ਤਾਂ ਆ ਗਿਆ ਯਾ ਮੇਰੀ ਸਰਕਾਰ ਦੀ ਸ਼ਕਰਾ ਬਾਬਾ ਬੁੱਢੀ ਸਾਹੀ ਦਾ ਉਸ ਦੇ ਦਰਬਾਰ ਦੀ ਹੈ ਪੀਰਾਂ ਦੇ ਪੀਰ ਦਸਤਗੀਰ ਪੀਰ ਸਾਈਂ ਬਾਬਾ ਬੁੱਢਨ ਸ਼ਾਹ ਧੰਨ ਧੰਨ ਬਾਬਾ ਗਿੱਤਾ ਜੀ ਦੇਨ ਦੁਨੀ ਦਾ ਟਿੱਕਾ ਯੋ ਵਰ ਮੰਗਿਆ ਸੋ ਰੋਲਾ ਚੌਂ ਕੁੰਡਾਂ ਦੇ ਮਾਲਕ ਉਦਾਸੀ ਧੰਨ ਦੇ ਮੁੰਡੀ ਛੇਵੇਂ ਪਾਤਸ਼ਾਹ ਹਰਗੁਣ ਸਾਹਿਬ ਪੀਰੀ ਪੀਰੀ ਦੋ ਜਹਾਂ ਦੇ ਵਾਲੀ ਧੰਨ ਗੁਰੂ ਨਾਨਕ ਤੇਰੀ ਵਡਿਆਈ ਤੇਰਾ ਆਤਮਾ ਪਾਇਆ ਜਾਵੇ ਅੱਲਾਹ ਮਨ ਫਕਰ ਫਕਰ ਮਨ ਅੱਲਾਹ ਇੱਕ ਕਰਨ ਵਾਲੇ ਸੁੱਖੀਆਂ ਤਸਵੀਰਾਂ ਨੂੰ ਸੁੱਖੀਆਂ ਪਾਉਣ ਵਾਲੇ ਮੇਰੇ ਸਰਕਾਰ ਆਪ ਦੇ ਪਰਮ ਭਗਤ ਸਰਦਾਰ ਹਰਜੋਤ ਸਿੰਘ ਬੈਂਸ ਮੇਰੇ ਦਾਦਾ ਇਲਾਕੇ ਦੇ ਸਾਡੇ ਦੇ ਤੁਸੀਂ ਮਨਿਸਟਰ ਬਣਾਇਆ ਸਾਹਿਬ ਵਡਿਆਈਆਂ ਜਿਸ ਭਾਰਤ ਦਿੱਤੇ ਤੇਰੇ ਫਕੀਰਾਂ ਨੇ ਜੋ ਅਰਦਾਸ ਬੇਨਤੀਆਂ ਸ਼ਾਹ ਪਰਿਵਾਰ ਨੇ ਉਸ ਸਮੇਂ ਕਰੀਆਂ ਕਬੂਲੇ ਮਕਬੂਲ ਹੋਈਆਂ ਅੱਜ ਵੱਡੇ ਉੱਚੇ ਰੁਤਬੇ ਮੁਕਾਮ ਪਾਏ ਹੈ ਜੀਵਨ 'ਚ ਬਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਆਈਆਂ ਉਹ ਵੀ ਤੇਰੇ ਤੱਕ ਅਰਦਾਸ ਬੇਨਤੀ ਦੁਆ ਕਰਨਾ ਸਭ ਕਸ਼ਟ ਦੂਰ ਹੋਏ ਮੇਰੇ ਸਰਕਾਰ ਸੇ ਪਾਤਸ਼ਾਹ ਸੰਜੋਗ ਬੱਚੇ ਦੇ ਚੰਗੇ ਘਰ ਜੁੜੇ ਆ ਮੇਰੇ ਸਾਨੂੰ ਵੀਰ ਪਾਤਸ਼ਾਹ ਅਤੇ ਜੋ ਇਹਨਾਂ ਨੇ ਅਰਦਾਸ ਬੇਨਤੀ ਐਮ ਪੀ ਦੇ ਵੇਲੇ ਕਰਾਈ ਇਸ ਫਕੀਰ ਨੇ ਜੋ ਦੁਆ ਕਰੀ ਤਾਂ ਆਪਣੇ ਬੱਚਿਆਂ ਭਗਤਾਂ ਦੀ ਅਰਦਾਸ ਦੁਆ ਬੇਨਤੀ ਕਰਦੇ ਦੁਆ ਬੇਨਤੀ ਕਬੂਲੇ ਮਕਬੂਲ ਹੋਵੇ ਆਪਣੇ ਇਸ ਨਾਂ ਦੀ ਫਕੀਰ ਦੀ ਦੁਆ ਆਪਣੇ ਚੰਨਾਂ ਦੇ ਉੱਤੇ ਕਬੂਲ ਕਰਿਓ ਅੱਖਰ ਵੱਖ ਕਰ ਮਾਫ ਕਰਨਾ ਆਪ ਨੇ 800 ਸਾਲ ਬੰਦੀਆਂ ਕਰੀਆਂ ਖੈਰ ਦੀ ਬੰਦਗੀ ਖੈਰ ਦੀ ਬੰਦਗੀ ਕੋਈ ਕੀਤਾ ਪਾਓ ਇਸ ਜੀਵਨ ਨੂੰ ਇਸ ਜਨਮ ਨੂੰ ਆਪਣੇ ਲੇਖੇ ਲਾਓ ਸੰਗਤਾਂ ਦੇ ਭਲਾ ਕਰਨ ਦੇ ਬਲ ਪਾਤਸ਼ਾਹ ਗੁਰੂ ਬਣਾਇਆ ਹੋਰ ਪਾਵਨਾ ਦਿਓ ਤੇਰੇ ਇਲਾਕੇ ਤੇਰੀ ਨਜ਼ਰੀ ਦੀ ਸੇਵਾ ਵੱਧ ਚੜ੍ਹਦੀ ਕੰਮ ਰਹਿਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਾਲ ਦੀ ਤਰ੍ਹਾਂ ਮਿੱਟੀ 12 ਨਵੰਬਰ ਤੋਂ ਬਹੁਤ ਹੀ ਸ਼ਾਨਦਾਰ
ਸਿਰਾਂ ਤੇ ਆਪਣਾ ਹੱਥ ਰੱਖ ਕੇ ਸਾਰਿਆਂ ਨੂੰ ਆਪਣੀ ਕਿਰਪਾ ਬਣਾਈ ਰੱਖੋ।